ਜੋ ਕੁਝ ਵੀ ਹੈਗਾ ਅੰਬੈਸਡਰ ਹਰ ਬੜੇ ਤੋਂ ਬੜੇ ਬਣੋ ਪਰ ਦੋ ਗੱਲਾਂ ਤੁਹਾਡੀ ਨਾਲ ਹੋਣੀਆਂ ਚਾਹੀਦੀ ਨੇ ਫਰੀਦਕੋਟ ਦੀ ਗੱਲ 1951 52 ਦੀ ਜਦੋਂ ਕੋਰਸ ਕਰਿਆ ਉੱਥੇ ਮੇਰੇ ਹੁਣ ਤੱਕ ਯਾਦ ਆਉਂਦਾ ਉਹਨੇ ਜਿਹੜਾ ਬੋਲਿਆ ਸੀ ਗੁਰੂ ਦੀ ਕਿਰਪਾ ਦੇ ਨਾਲ ਵੀ ਇਸ ਤਰ੍ਹਾਂ ਦਾ ਭਾਈ ਗੁਰਸਿੱਖ ਲਈ ਇਹ ਹੀ ਹੈ ਵੀ ਸੱਚੇ ਪਾਸਾ ਆਉਂਦਾ ਨਾ ਇਨੀ ਹੀ ਕੋ ਦਿਓ ਔਰ ਕੋ ਦਾਨ ਨਾ ਲਾਗਤ ਹੈ ਨੀ ਕੋ ਹੁਣ ਕਿਹੜਾ ਉਹ ਟਰਸ ਦਾ ਕਿਹੜਾ ਫੁਰਬਾਲੀ ਆਰੰਭ ਕਰਾਇਆ ਗੁਰੂ ਦੀ ਕਿਰਪਾ ਨਾਲ ਉਹਦੇ ਵਿੱਚ ਮੈਨੂੰ 1 2 ਨੇ ਰਹਿ ਦਿੱਤੀ ਕਹਿੰਦੇ ਜੀ ਤੁਸੀਂ ਥੋੜਾ ਜਿਹਾ ਉਹਦਾ ਸੁਧਾਰ ਇਹ ਕਰੋ ਵੀ ਕਿਹੜੇ ਹੈਗੇ ਨੇ ਅੰਮ੍ਰਿਤਸਰੀ ਮਹਾ ਨਿੱਕੀਆਂ ਜਿੰਦਾ ਵੱਡੇ ਸਾਕੇ ਸੱਚੇ ਪਾਤਸ਼ਾਹ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਕਿੰਨੀ ਉਮਰ ਸੀ 7 ਦੇ 9 ਦੇ ਲਗਭਗ ਕਹਿੰਦੇ ਤੁਸੀਂ ਵੀ ਇਹ ਕਿਹੜਾ ਹੈਗਾ ਵੀ ਅੰਮ੍ਰਿਤ ਛਕਣ ਦੀ ਕਿਹੜੀ ਹੈ ਕੰਡੀਸ਼ਨ ਇੱਕ ਵਾਰੀ ਉਹਨਾਂ ਨੇ ਭਾਈ ਇੱਕ ਬੱਚੇ ਕੀਰਤਨ ਕਰਨ ਲੱਗੇਆਂ ਲੜਕੀਆਂ ਲੁਧਿਆਣਿਆਂ ਤੋਂ ਤੇ ਉਹਨਾਂ ਦੇ ਭਾਈ ਪਰਮੋਟੇ ਆ ਤੇ ਉਹ ਉਹਨਾਂ ਨੂੰ ਉਹਦੇ ਹੀ ਉਥੋਂ ਰਿਜੈਕਟ ਕਰਤਾ ਕੱਢਤਾ ਤੇ ਮੇਰੇ ਕੋਲੇ ਫਿਰ ਸੂਸ ਨੂੰ ਲੱਗ ਗਿਆ ਹੋਰ ਕਹਿੰਦੇ ਤੁਸੀਂ ਬਾਹਰੀ ਸ਼ਕਤ ਮਹੱਜ ਨਹੀਂ ਜਦੋਂ ਇਸ ਤਰ੍ਹਾਂ ਦਾ ਹੋਏਗਾ ਇੱਕ ਰੋਮ ਵੀ ਉਹ ਇੱਕ ਤੋਂ ਮੈਂ ਪੜਿਆ ਤੁਸੀਂ ਵੀ ਸੁਣਿਆ ਹੋਵੇ ਗੱਲ ਵੀ ਸੱਚੇ ਪਾਤਸ਼ਾਹ ਨੇ ਇੱਕ ਬਾਣੀ ਕੋਈ ਸਿੰਘ ਸੀ ਉਹਦੇ ਹੀਰਾ ਆ ਗਿਆ ਇੱਕ ਇੱਕ ਹੀਰਾ ਮਤਲਬ ਉਹ ਚਿੱਟਾ ਹੋ ਗਿਆ ਉਹਨੇ ਖਿੱਚਤਾ ਉਹ ਖਿੱਚਿਆ ਜਿਸ ਵੇਲੇ ਫਿਰ ਸੱਚੇ ਪਾਤਸ਼ਾਹ ਕੋਲੇ ਆਇਆ ਫਤੇਬਲਾਈ ਤੇ ਸੱਚੇ ਪਾਸ਼ਾ ਨੇ ਦ੍ਰਿਸ਼ਮੇਸ਼ਪਿਤਾ ਘਟ-ਘਟ ਕੇ ਪੜ-ਪੜ ਕੀ ਜਾਣਨ ਹਾਰ ਤੇ ਉਹਨਾਂ ਨੇ ਪਿੱਠ ਕਰ ਲਈ ਦੂਜੇ ਪਾਸੇ ਹੋ ਜਾਣ ਫੇਰ ਪੈਰੀ ਡਿੱਗ ਪਿਆ ਕਹਿੰਦੇ じゃ ਪਹਿਲਾਂ ਅੰਬਰ ਛੱਕਿਆ ਇੱਕ ਰੋਮ ਲਾਹਿਆ ਹੁਣ ਕਿਹੜੇ ਭਾਈ ਪਰਮੱਟੇ ਸੁਆਖੇ ਊਠ ਪਟਾਂਗ ਗੁਰਸਿੱਖੀ ਨੂੰ ਆਉਂਦੇ ਨਾ ਬਾਣੀ ਚ ਸੇਈ ਸੁੰਦਰ ਸੋਹਣੇ ਸਾਧ ਸੰਗ ਦੇ ਨੇ ਬੈਣੇ ਜੇ ਸਿੱਖੀ ਪੱਲੇ ਹੈਗੀ ਆ ਤਾਂ ਸਭ ਕੁਝ ਹੀ ਆ ਵਾਕੀਆਂ ਚੀਜ਼ਾਂ ਥਾਂ-ਥਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੇ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆਂ ਜੀ ਨੂੰ ਸੱਚੇ ਪਾਤਸ਼ਾਹ ਨੇ ਸਿੱਖੀ ਬਖਸ਼ੀ ਉਹ ਤਾਂ ਸਰਦਾਰੀ ਦੇਤੀ ਤੇ ਕਿਤੇ ਵੀ ਹੁਣ ਗੱਡੀ ਵਿੱਚ ਜਾਂ ਕਿਤੇ ਵੀ ਬੰਦਾ ਸਫਲ ਕਰਦਾ ਹੈ ਉਹਦੇ ਤੇ ਰਹਿਤ ਬਹਿਤ ਹੈ ਤਾਂ ਅਗਲਾ ਦੂਜਾ ਕੋਈ ਵੀ ਹੈਗਾ ਸਾਰਾ ਵਰਲਡ ਵਿੱਚ ਹੁਣ ਸਿੱਖੀ ਨੂੰ ਜਾਣਦੇ ਨੇ ਉਹ ਕਹਿੰਦੇ ਅਗਲਾ ਕਹਿੰਦਾ ਸਰਦਾਰ ਜੀ ਅੱਦ ਲੋ ਸੱਚੇ ਪਾਤਸ਼ਾਹ ਨੇ ਸਰਦਾਰੀ ਬਖਸ਼ੀ ਸੱਚੇ ਪਾਤਸ਼ਾਹ ਨੇ ਕਰੀ ਨਹੀਂ ਸੀ ਖੇਡ ਜਿਵੇਂ ਨੌਵੇਂ ਪਾਸ਼ਾ ਨੇ ਦਿੱਲੀ ਵਿੱਚ ਵਰਖਸ਼ ਕੀਤੀ ਤੇ ਬਾਕੀ ਤਿਲਕ ਜੰਝੂ ਰਾਖਾ ਪ੍ਰਵਤਾ ਆਖਾ ਤੇ ਉਸ ਤੁਹਾਨੂੰ ਪਤਾ ਹੀ ਹੈ ਵੀ ਪੰਡਤ ਆਏ ਇਕੱਠੇ ਹੋ ਕੇ ਤੇ ਫਿਰ ਉਹ ਸੱਚੇ ਪਾਸ਼ਾ ਦਸ਼ਮੇਸ਼ ਪਿਤਾ ਉਹਨੂੰ ਨੌ ਸਾਲ ਦੇ ਸੀ ਜਦੋਂ ਇਹ ਕਿਹਾ ਵੀ ਐਂ ਕਰਕੇ ਪਾਈ ਇਹ ਇਹਨਾਂ ਦਾ ਖਤਰਾ ਹੈ ਕੋਈ ਮਹਾਬਲੀ ਹੋਵੇ ਫਿਰ ਦਸ਼ਮੇਸ਼ ਪਿਤਾ ਜਿਹਨੇ ਪਿਤਾ ਗੁਰੂ ਤੇ ਇੱਕ ਭਾਦਰ ਸੱਚੇ ਪਾਸ਼ਾ ਦੇ ਚਰਨਾਂ 'ਚ ਬੇਨਤੀ ਕਹਿੰਦੇ ਥੋੜ੍ਹਣੋਂ ਵੱਡਾ ਕੌਣ ਹੈ ਫਿਰ ਜਾ ਕੇ ਦੇਖ ਲਓ ਤੁਸੀਂ ਉੱਥੇ ਸੱਚੇ ਪਾਸ਼ਾ ਨੇ ਸ਼ੀਰ ਦਿੱਲੀ ਦਿੱਲੀ ਤੇ ਬਾਕੀ ਉਹਦੇ ਵਿੱਚ ਫਿਰ ਕਿੱਡੀ ਵੱਡੀ ਖੇਡ ਕਰੀ ਤੇ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਉਥੇ ਦ੍ਰਿਸ਼ਮੇਸ਼ ਪਤਾ ਜੀ ਨੇ ਵੀ ਮੈਂ ਐਸੀ ਖੇਡ ਬਣਾਉਂ ਕੁੱਲ ਦੁਨੀਆਂ ਵਿੱਚ ਕਿਹੜਾ ਸਰਦਾਰੀ ਹੈ ਇਹ ਪ੍ਰਗਟ ਹੋਊ ਕੋਈ ਐਸਾ ਨਹੀਂ ਕਰੂ ਤੇ ਵੱਖਰੀ ਗੱਲ ਤਾਂ ਕੋਈ ਹੈ ਨਹੀਂ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਲਾਤਾਰ ਆ ਪਰਭਰਿਓ ਪਰਮੇਸ਼ਰ ਦਾ ਰੂਪ ਆਪ ਨਰਾਇਣ ਕਲਾ ਤੇ ਆਪ ਆਏ ਹੋ ਆ ਕੇ ਉਹਨਾਂ ਨੇ ਸਾਰੇ ਜਾਮਾ ਚ ਕੋਈ ਰੂਪ ਸੀ ਕੋਈ ਖੇਡ ਸੀ ਕੀਤੀ ਤੇ ਬਾਕੀ ਦਸਵੇਂ ਚ ਆ ਕੇ ਤਾਂ ਫਿਰ ਭਾਈ ਅਮਰਦੀ ਦਾਤ ਬਖਸ਼ੀ ਤੇ ਗੁਰਸਿੱਖੀ ਬਖਸ਼ਦੀ ਪੰਜਾ ਪਿਆਰਿਆਂ ਦੇ ਸੀਸਲੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਂ ਦੇ ਸੀਸ ਲਏ ਤੇ ਫਿਰ ਇੱਕ ਉਹ ਲਾਇਬ੍ਰੇਰੀ ਚੋਂ ਕਿਸੇ ਨੇ ਦੂਜੇ ਨੇ ਲਿਖਿਆ ਕਿਹੜਾ ਉਹ ਯਿਸੂ ਯਿਸੂਸ ਆਇਆ ਸੀ ਉਹਨੇ ਕਿਹਾ ਕਹਿੰਦਾ ਨਹੀਂ ਜਿਹੜੇ ਕਹਿੰਦੇ ਨੇ ਤੰਬੂ ਵਿੱਚ ਲਿਜਾ ਕੇ ਕਹਿੰਦੇ ਨਹੀਂ ਉਹਦੀ ਲਿਖਤ ਹੈ ਇਹ ਲਿਖਤ ਵੀ ਆਈ ਸੀ ਮੈਂ ਪੜ੍ਹੀ ਹੈ ਇੱਕ ਵਾਰੀ ਬਈ ਉੱਥੇ ਸੱਚੇ ਪਾਤਸ਼ਾਹ ਖੇਡ ਕੀ ਕਰਦੇ ਸੇ ਸਾਰੀ ਸੰਗਤ ਦੇ ਵਿੱਚ ਉਹਦਾ ਸੀਸ ਲੈ ਕੇ ਉੱਪਰ ਚਾਦਰਾਂ ਪਾ ਦੇਣਾ ਉੱਥੇ ਜਦੋਂ ਇਹ ਹੋਇਆ ਮਾਤਾ ਜੀ ਕੋਲੇ ਵੀ ਚਲੇ ਗਏ ਵਿੱਚ ਜਿਹੜੇ ਢਿੱਲੇ ਮਿੱਟਦੇ ਸੇ ਉਹ ਜਾ ਕੇ ਸ਼ਿਕਾਇਤ ਕਰੀ ਵੀ ਐ ਕਰਕੇ ਜੀ ਸਿੱਖਾਂ ਨੂੰ ਵੱਢੀ ਜਾਂਦੀ ਨੇ ਉਹ ਕਹਿੰਦੇ ਵੀ ਮਾਤਾ ਜੀ ਨੇ ਕਿਹਾ ਵੀ ਉਹਦੀ ਖੇਡ ਉਹ ਆਪ ਹੀ ਜਾਣਦਾ ਚਲੋ ਫਿਰ ਪੰਜਾਂ ਦੇ ਸੀਸ ਲੈ ਸੀਸ ਲੈ ਕੇ ਉਦੋਂ ਬਾਅਦ ਪੇਰੋ ਉਥੇ ਗੁਰੂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੰਜਾਂ ਬਾਣੀਆਂ ਦਾ ਪਾਠ ਕਰਿਆ ਜਿਸ ਵੇਲੇ ਅੰਮ੍ਰਿਤ ਦਾਤ ਉਹਦੇ ਕਹਿੰਦੇ ਮੋਢੇ 'ਚ ਪਾਉਣਾ ਹੱਥ ਤੇ ਉਹਨੂੰ ਕਹਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਉਹਨੇ ਜਿਹਾ ਹੁੰਦਾ ਹੋ ਜਾਣਾ ਤੇ ਉਸ ਤਰ੍ਹਾਂ ਫਿਰ ਪੰਜਾਂ ਦੇ ਸੀਸ ਲੈ ਉਦੋਂ ਬਾਅਦ ਫਿਰ ਭਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਂ ਦੇ ਸੀਸ ਲੈ ਕੇ ਸੱਚੇ ਪਾਤਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਦਾਤ ਬਖਸ਼ੀ ਫੇਰ ਸੱਚੇ ਪਾਤਸ਼ਾਹ ਨੇ ਵੀ ਹੱਥ ਜੋੜ ਤੇ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵੀ ਮੇਰੇ ਤੇ ਵੀ ਬਖਸ਼ਿਸ਼ ਕਰੋ ਪਹਿਲਾਂ ਤੁਹਾਨੂੰ ਪਤਾ ਹੀ ਹੈ ਸੱਚੇ ਪਾਤਸ਼ਾਹ ਦਾ ਨਾਂ ਕੀ ਸੀ ਗੋਬਿੰਦ ਰਾਏ ਵੀ ਮੈਨੂੰ ਵੀ ਸਿੰਘ ਬਣਾ ਦਿਓ ਤੇ ਫਿਰ ਉਹ ਭਾਈ ਦਿਆ ਸਿੰਘ ਧਰਮ ਸਿੰਘ ਉਹਨਾਂ ਵਿੱਚ ਬੋਲੇ ਕਹਿੰਦੇ ਸੱਚਿਆ ਪਾਤਸ਼ਾਹ ਸੀਸ ਦਿੱਤੇ ਨੇ ਤੁਸੀਂ ਕੀ ਦੇ ਮੋਗੇ ਤੇ ਦੇਸ਼ਮੇਸ਼ ਪਤਾ ਜੀ ਨੇ ਕੀ ਫੇਰ ਕਿਹਾ ਕਹਿੰਦੇ ਮੈਂ ਸਾਰਾ ਸਰਵੰਸ ਭੇਟ ਕਰ ਦੂੰ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ ਫੇਰ ਸੱਚੇ ਪਾਤਸ਼ਾਹ ਨੂੰ ਪਾਈ ਐਡੀ ਵੱਡੀ ਖੇਲ ਹੈ ਉਸ ਅੰਮ੍ਰਿਤ ਦੀ ਦਾਤੋਂ ਅਸੀਂ ਢਿੱਲੇ ਹੋਈਏ ਤੇ ਬਾਕੀ ਕਿਵੇਂ ਹੈ ਲਹਿਰ ਨਸ਼ੇ ਬੁਕਾਰ ਹੁਣ ਥਾਂ ਥਾਂ ਬਾਣੀ ਵਿੱਚ ਆਉਂਦਾ ਜਿਤ ਪੀਤੇ ਮਦ ਦੂਰ ਹੋਏ ਬਰਲ ਪਾਵੇ ਵਿੱਚ ਓਏ ਆਪਣੇ ਪਰाये ਨਾ ਪਛਾਣੇ ਖਸਮੂ ਧੱਕੇ ਖਾਏ ਵੀ ਉਹੋ ਇਸ ਤਰ੍ਹਾਂ ਦਾ ਭਾਈ ਜਿਹਨੂੰ ਅੰਮ੍ਰਿਤ ਦੀ ਦਾਤ ਦਾਤਾ ਦਾਤਾ ਰਖੀ ਹੱਥ ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਭਾਈ ਗੁਰੂ ਵਾਲੇ ਬਣ ਕੇ ਚੱਲਦੇ ਨੇ ਗੁਰੂ ਅੰਗਸਾ ਨਾਲ ਨਾਰਾਇਣ ਮੇਰ ਹੈ ਜਮਦੂਤ ਨਾ ਬੈ ਨੇਰੇ ਨਾਲ ਸੱਚੇ ਪਾਤਸ਼ਾਹ ਨੇ ਭਾਈ ਸਿਮਰਨ ਬਾਣੀ ਨੇ ਜਾਣਾ ਹੇ ਸੋਹਣੇ ਬਣ ਜਾਓ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਤੇ ਇਸ ਤਰ੍ਹਾਂ ਦਾ ਥਾਂ ਥਾਂ ਬਾਣੀ ਦਾ ਅਖਰੇ ਨੂੰ ਜਗਾਉਂਦਾ ਵੀ ਤੁਮ ਕੀਆਂ ਤੇਰੇ ਨਾਲ ਕੀ ਜਾਣੇ ਸੋਹਣੇ ਕਾਉਣ ਨੇ ਤੇ ਬਾਕੀ ਭਾਈ ਜਿੱਥੇ ਗੁਰਸਿੱਖੀ ਨਹੀਂ ਉੱਥੇ ਤਾਂ ਭੂਤ ਹੀ ਵੱਸਦੇ ਨੇ ਮਹਾਰਾਟਸਾਰ ਕੇ ਭੂਤ ਬਸੇ ਤਨ ਮਾਹੇ ਬਾਣੀ ਚ ਇਸ ਤਰ੍ਹਾਂ ਹੁੰਦਾ ਵੀ ਸੱਚੇ ਪਾਸਾ ਕਿਰਪਾ ਕਰਨ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਵੀ ਕਿਸੇ ਨੂੰ ਵੀ ਇਹ ਤਾਂ ਜਿਵੇਂ ਸਕੂਲ ਚ ਬੱਚਾ ਜਾ ਕੇ ਹਾਜ਼ਰ ਹੁੰਦਾ ਹੈ ਤੇ ਉਹਦਾ ਨਾਮ ਦਾਖਲ ਹੁੰਦਾ ਹੈ ਇਹ ਫਿਰ ਉਹ ਸਟੂਡੈਂਟ ਬਣ ਜਾਂਦਾ ਹੈ ਇਹ ਸਿੱਖੀ ਦੇ ਵਿੱਚ ਦਾ ਭਾਈ ਅੰਮ੍ਰਿਤ ਛੱਕੇ ਹਾਜ਼ਰ ਹੋਣਾ ਹੈ ਸਿੱਖੀ ਚ ਪ੍ਰਵੇਸ਼ ਹੋਣਾ ਹੈ ਪ੍ਰਵੇਸ਼ ਹੋ ਕੇ ਅੱਗੇ ਤਾਂ ਫਿਰ ਖੇਡਾਂ ਬਹੁਤ ਵੱਡੀਆਂ ਨੇ ਕਿਹੜੀਆਂ ਹੈਗੀਆਂ ਨੇ ਸਾਰੀ ਜ਼ਿੰਦਗੀ ਵਿੱਚ ਪਤਾ ਨਹੀਂ ਗੁਰੂ ਨੇ ਕਿਵੇਂ ਇਹ ਪਰੰਪਰਾ ਖਾਸ ਮੁਕਾਜਾ ਜਾ ਪਾਵੈ ਤੇ ਅਦੇ ਜਿਹਦੇ ਤੇ ਭਾਈ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਫਿਰ ਇਸ ਪਾਸੇ ਤੁਰ ਪਿਆ ਤੁਰੇ ਹੋਇਆ ਕਦੀ ਨਾ ਕਦੀ ਤਾਂ ਸਮਾਉਗਾ ਆਪਦੇ ਚਰਨਾਂ 'ਤੇ ਗੁਰੂ ਨਵਾਸ ਸੁਖਨੀ ਸਾਹਿਬ ਚੋਂਦੇ ਨਾ ਜਿਉ ਜਲਮ ਜਲਾਇ ਖਟਾਨਾ ਤੇ ਜੋਤੀ ਸੰਜੋਤ ਸਮਾਨਾ ਜਿਹੜੇ ਉਹਦੇ ਬਣ ਕੇ ਸਕੂਲ ਵਿੱਚ ਇਹ ਸੁਚੱਲ ਕੇ ਗੁਰਸਿੱਖੀ ਨੂੰ ਧਾਰਨ ਕਰ ਲਿਆ ਪੰਜੇ ਕਕਾਰ ਤੇ ਪੰਜੇ ਬਾਣੀਆਂ ਦਸਵੰਦ ਜੋ ਕੁਝ ਗੁਰੂ ਦਾ ਹੁਕਮ ਆ ਉਹਦੇ ਤੇ ਸਿੱਖ ਪਹਿਰਾ ਦਿੰਦਾ ਭਾਈ ਫਿਰ ਉਹਦਾ ਬਣਦਾ ਉਹਦਾ ਫਿਰ ਆਪ ਹੀ ਰੱਖ ਹੈ ਗੁਰੂ ਦੀ ਸੱਚੇ ਪਰਸਾ ਮਿਹਰ ਕਰਨ ਸਾਰੀ ਗੁਰੂ ਦੀ ਮਿਹਰ ਹੈ ਭਾਈ ਕਿਰਪਾਨ ਦੀ ਮਹਤਤਾ ਬਾਰੇ ਜੀ ਹਾਂਜੀ ਕਿਰਪਾਨ ਦੀ ਮਹਤਤਾ ਬਾਰੇ ਤੁਸੀਂ ਇੱਕ ਵਾਰੀ ਦੱਸ ਦਿੱਸੀ ਸੀ ਬਈ ਕਿਰਪਾਨ ਬਾਰੇ ਸ੍ਰੀ ਸਾਹਿਬ ਬਾਰੇ ਤਾਂ ਇਹ ਆ ਵੀ ਸੱਚੇ ਪਾਤਸ਼ਾਹ ਨੇ ਖੇੜ ਦੱਸੀ ਆ ਮੇਰੇ ਨਾਲ ਜਿਹੜੀ ਬੀਤੀ ਹੈ ਉਹ ਇੱਕ ਸੁਣ ਲਓ ਤੁਸੀਂ 1947 ਦੇ ਵਿੱਚ ਆ ਸ੍ਰੀ ਸਾਹਿਬ ਦੀ ਤੁਹਾਨੂੰ ਮੈਂ ਆ ਬੀਤੀ ਖੇੜ ਦੇਖਣ ਲੱਗਿਆ ਹੋਏ ਹੋਏ 1947 ਦੇ ਅਸੀਂ ਸਮਝ ਲਓ ਮਈ ਵਿਚੰਬਰਤ ਸ਼ਕ ਲਿਆ ਤੇ 47 ਦੇ ਵਿੱਚ ਫਿਰ ਭਾਈ ਪਾਕਿਸਤਾਨ ਬਣ ਗਿਆ ਤੇ ਸਾਡਾ ਪਿੰਡ ਫਰਵਾਲੀ ਤੋਂ ਬਈਆ ਵਾਲਾ ਕਿਹੜਾ ਹੈਗਾ ਬਿਸਨਗੜ ਇੱਕ ਮੀਲ ਤੇ ਹੈ ਉੱਥੇ ਦਾ ਰਹਿਮਦੀਨ ਜਿਲ੍ਹਾ ਹਾਂ ਦਾ ਮੁੰਡਾ ਉਹ ਮੇਰਾ ਮੇਰੇ ਨਾਲ ਪੜਦਾ ਅਸੀਂ ਲੋਹਟ ਵੱਦੇ ਉਹਦੇ 5-7 ਰੁਪਏ ਮੇਰੇ ਕੋਲ ਈਮਾਨਤ ਰੱਖੇ ਹੋਏ ਸੀ ਤੇ ਜਿਸ ਵळे ਫਿਰ ਇਹ ਹੋਈ ਤੁਹਾਨੂੰ ਪਤਾ ਹੀ ਹੈ 47 ਵਿੱਚ ਉਧਰੋਂ ਪਹਿਲਾਂ ਕਟਾ ਬੜੀ ਹੋਈ ਹਿੰਦੂ ਸਿੱਖਾਂ ਦੀ ਉਹ ਇੱਧਰ ਆਏ ਫਿਰ ਇੱਧਰ ਵੀ ਕੰਮ ਚੱਲ ਪਿਆ ਪਰ ਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਹੋਈ ਸੀ ਇਹ ਸ਼ੇਰ ਮੁਹੰਮਦ ਤੇ ਇਹਨੇ ਹਾਜ਼ਾ ਨਾਰਾ ਮਾਰਿਆ ਸੀ ਮਲੇਰ ਕੋਹਲੇ ਦੀ ਹੱਦ ਵਿੱਚ ਉਹਦਾ ਜਿੰਨਾ ਪਿੰਡ 100 100 ਦੇ ਲਗਭਗ ਸੀ ਇੱਕ ਬੱਚਾ ਵੀ ਨਹੀਂ ਮਾਰਿਆ ਕਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਮੇਰੇ ਮਨ 'ਚ ਇਹ ਗੱਲ ਆਈ ਬਈ ਉਹ ਰਹਿਮਦੀਨ ਦੇ ਕਿਹੜੇ ਪੈਸੇ ਨੇ ਉਹ ਮੈਂ ਦੇ ਆ ਮੈਂ ਮੇਰੇ ਨਾਲ ਸਾਡੇ ਪਿੰਡੋਂ ਕੁਜੋਰਾਸੋਂ ਲੈ ਲਿਆ ਇੱਕੇ ਬੱਚਿਆਂ ਦਾ ਮਤਲਬ ਹੈ ਮਾਮਾਸੀ ਅਸੀਂ ਤਿੰਨ ਚਾਰ ਜਾਣੇ ਚ ਗਏ ਉਹਨਾਂ ਦੀ ਜਲਾਇਆਂ ਦੇ ਘਰੇ ਉੱਥੇ ਬਈਆਲੇ ਜਾ ਕੇ ਜਦੋਂ ਉਹਨਾਂ ਦੇ ਘਰੇ ਗਏ ਅਸਰੀ ਸਾਹਿਬ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਵਰਕਸ਼ਾਪ ਹੁੰਦੀ ਹੈ ਜਿਸ ਵੇਲੇ ਘਰੇ ਗਏ ਤਾਂ ਉਹਨਾਂ ਨੂੰ ਕਿਹਾ ਵੀ ਆ ਮਹਾਰਹਿਮਦੀਨ ਦੇ ਪੈਸੇ ਮੇਰੇ ਕੋਲ ਮਾਨਤਾ ਲੈ ਲਓ ਉਹ ਫੱਤੂ ਜਲਾਹਾ ਉਹਦਾ ਬਾਬਸੀ ਤੇ ਰਹਿਮਦੀਨ ਤਾਂ ਇੱਕ ਦਿਨ ਪਹਿਲਾਂ ਮਲੇਰ ਕੋਟਲੇ ਚਲਿਆ ਗਿਆ ਸੀ ਤੇ ਦੂਸਰੇ ਫਕਤੇ ਉਹ ਕਹਿੰਦਾ ਕਾਕਾ ਤੂੰ ਤਾਂ ਬਹੁਤ ਰਹਿਮਦਿਨ ਮਤਲਬ ਐ ਵੀ ਤੂੰ ਤਾਂ ਬਹੁਤ ਸੱਚਾ ਸੁੱਚਾ ਐ ਅਸੀਂ ਨਹੀਂ ਲੈਣੇ ਪੈਸੇ ਤੇ ਬਾਕੀ ਸਾਨੂੰ ਅੱਜ ਇਹ ਮਾਰ ਦੇਣਗੇ ਜਾ ਸਾਬਦੇ ਤਰ ਸਿੱਖ ਕਰਦੇ ਹੋ ਵੀ ਸਾਨੂੰ ਅੱਜ ਤੁਸੀਂ ਮਲੇ ਕੋੜੇ ਦੀ ਹੱਦ ਚ ਗਾਂਹਾਂ ਝਨੇਰ ਪੈਣੇ ਸੀ ਉਹ ਉਹ ਉਹਦੀ ਬਾਉਂਡਰੀ ਸੀ ਤੇ ਉਥੇ ਕਿਹੜਾ ਪੈਰ ਧਰਦਾ ਸੀ ਦਰਸ਼ਮੇਸ਼ ਪਿਤਾ ਜੀ ਦਾ ਅਗਲਾ ਦੂਜਾ ਕਹਿੰਦਾ ਸੀ ਲਾਈਨਾਂ ਲੱਗੀਆਂ ਹੁੰਦੀਆਂ ਜਿਕਾਰੇ ਛੱਡਦੇ ਸੇ ਲੁੱਟਣ ਵਾਲੇ ਤੇ ਬਾੱਕੀ ਮਾਰਨ ਵਾਲੇ ਜਿਨੇ ਪੈਰ ਉਧਰ ਧਰਨਾ ਉਹ ਮਲੇ ਕੋੜਾ ਤੇ ਉਥੇ ਉਹਨਾਂ ਦੀ ਬਚਤ ਹੁੰਦੀ ਸੀ ਤੇ ਮੇਰੇ ਹੁਣ ਅੰਮ੍ਰਿਤ ਪਹਿਲਾਂ ਛਕਿਆ ਸੀ ਸ੍ਰੀ ਸਾਹਿਬ ਪੈਣੀ ਹੋਈ ਸੀ ਤਾਂ ਉਹ ਜਿਹੜਾ ਸੀ ਗਏ ਉਹ ਕਹਿੰਦੇ ਸਾਡੇ ਤੇ ਅੱਜ ਇਤ ਰਹਿਮ ਕਰ ਦਿਓ ਵੀ ਸਾਨੂੰ ਮਲੇਰ ਕੋਹਲੇ ਦੀ ਬਾਉਂਡਰੀ ਚ ਬਾੜ ਦਿਓ ਜਦੋਂ ਇੰਨੀ ਗੱਲ ਕਹੀ ਕਹਿੰਦੇ ਅਸੀਂ ਪੈਸੇ ਨਹੀਂ ਲੈਣੇ ਉਹਨਾਂ ਨੇ ਉਹ ਕੈਪਟਨਸੀ ਵਾਲੀ ਵਾਲ ਦਾ ਤੇ ਬਾਕੀ ਉਥੇ ਡਿਕਸ਼ਨਰੀਆਂ ਹੋਰ ਦੋ ਤਿੰਨ ਥੈਲੇ ਭਰਤੇ ਕਹਿੰਦੇ ਆਹ ਲੈ ਜੋ ਮੈਂ ਕਿਹਾ ਅਸੀਂ ਲੈਣ ਥੋੜੇ ਆਇਆ ਉਹ ਕਹਿੰਦੇ ਆ ਇਹਨਾਂ ਨੂੰ ਅੱਗ ਲਾ ਦੇਣੀ ਐ ਸਾਨੂੰ ਮਾਰ ਦੇਣਗੇ ਤੇਰੇ ਭਾਈ ਕੰਮ ਆਉਣਗੇ ਤੂੰ ਉਹਦਾ ਦੋਸਤ ਐ ਸਾਡੇ ਤੇ ਰਹਿਮ ਇਹ ਕਰ ਲੋ ਜਦੋਂ ਇੰਨੀ ਗੱਲ ਕਹੀ ਅਸੀਂ ਉਹਨਾਂ ਨੂੰ ਫੇਰ ਇੱਕੋ ਬੇਨਤੀ ਕਰਦੇ ਵੀ ਤੁਸੀਂ ਜਦੋਂ ਥੋੜਾ ਜਾਂ ਨੇਹਰਾ ਹੋ ਜਾਏ ਘੰਟਾ ਡੂਢ ਘੰਟਾ ਤਿਆਰ ਰਹੋ ਅਸੀਂ ਆਵਾਂਗੇ ਤੁਹਾਨੂੰ ਕੱਢਿਆਵਾਂਗੇ ਜਦੋਂ ਐਨੀ ਗੱਲ ਕਹੀ ਉਹ ਕੁਦਰਤੀ ਦਿਨੇ ਇੱਕ ਕਾਫਲਾ ਆ ਰਿਹਾ ਸੀ ਉਹਦੇ ਵਿੱਚ ਤੁੰਗਾ ਹੜੀ ਕਿਹੜਾ ਪਿੰਡ ਮੇਰੇ ਇਹਨਾਂ ਬੱਚਿਆਂ ਦੇ ਨਾਨਕੇ ਤੇ ਉਥੇ 10-12 ਘਰ ਸਿੱਖਾਂ ਦੇ ਸੀ ਬਾਕੀ ਸਾਰੇ ਮੁਸਲਮਾਨਾਂ ਦੇ ਸੀ ਉਹ ਕਾਫਲੇ ਦੇ ਵਿੱਚ ਇੱਕ ਬੰਦਾ ਭੱਜ ਕੇ ਉਹ ਮੇਰੇ ਜਿਹੜਾ ਬੱਚਿਆਂ ਦਾ ਮਾਮਾ ਗੁਲਜਾਰ ਸਿੰਘ ਸੀ ਉਹਦੇ ਕੋਲੇ ਆ ਗਿਆ ਰੋਣ ਲੱਗ ਗਿਆ ਕਹਿੰਦਾ ਮੈਂ ਅੱਖਾਂ ਵਿੱਚ ਰਾਤ ਕੱਟੀ ਆ ਮੈਂ ਭੁੱਖਾ ਭੁਣਾ ਕਹਿੰਦੇ ਕੋਈ ਨਾ ਉਹਨੂੰ ਕਿਹਾ ਵੀ ਤੂੰ ਐ ਕਰ ਆ ਖੂਹੀ ਤੇ ਨਾਲ ਆ ਫਿਰ ਉਹਨੂੰ ਪ੍ਰਸ਼ਾਦ ਅਰਸ਼ਦਾਇਆ ਮੁਸਲਮਾਨ ਨੂੰ ਤੇ ਦੂਸਰੇ ਪੱਖ ਤੇ ਉਹਨੂੰ ਰਾਤ ਨੂੰ ਵੀ ਤੈਨੂੰ ਉਧਰ ਛੱਡਿਆਵਾਂਗੇ ਇੱਕ ਉਹਨੂੰ ਲੈ ਲਿਆ ਗਾਹਾਂ ਜਾ ਕੇ ਪਾਈ ਅਸੀਂ ਗਏ ਜਦੋਂ ਗਏ ਉਹ ਤਿਆਰ ਬੈਠੇ ਸੀ ਉਹਨਾਂ ਨੂੰ ਫਿਰ ਉਹ ਪਰਿਵਾਰ ਸਾਰਾ ਜਿਹੜਾ ਹੈਗਾ ਸੀ ਰਹਿਮਦੀਨ ਦੇ ਮਾਤਾ ਪਿਤਾ ਫਤੂ ਜਲਾਹਾ ਉਹ ਤਿਆਰ ਬੈਠੇ ਸੀ ਉਹਨਾਂ ਨੂੰ ਕਿਹਾ ਵੀ ਆਜੋ ਉਹ ਆ ਗਏ ਆ ਕੇ ਫਿਰ ਉਹ ਗੁਲਜਾਰ ਸਿੰਘ ਕਿਹੜਾ ਮੈਂ ਦਾ ਉਹਦਾ ਬੱਚਾ ਹੀ ਸੀ ਨੌਵੀਂ ਚ ਪੜਦਾ ਸੀ ਤੇ ਉਹ ਕਹਿਣ ਲੱਗਿਆ ਤੁਸੀਂ ਇੱਥੇ ਖੜੋ ਮੈਂ ਇਹਨਾਂ ਨੂੰ ਏਖਾਂ ਵਿੱਚ ਦੀ ਇਧਰ ਦੀ ਛੱਡ ਕੇ ਉਹਨਾਂ ਰਸਤੇ 'ਚ ਮਾਰ ਦੇਣਗੇ ਉਹ ਉਧਰ ਦੀ ਨਗਾਇਆ ਜਦੋਂ ਨਗਾਇਆ ਪਾਈ ਫਿਰ ਤੁਹਾਨੂੰ ਮੈਂ ਸ਼੍ਰੀ ਸਾਹਿਬ ਦੀ ਗੱਲ ਦੱਸਣ ਲੱਗਿਆ ਮਹੱਤਤਾ ਕਿਹੜੀ ਮੇਰੇ ਨਾਲ ਬੀਤੀ ਜਿਸ ਵળે ਫਿਰ ਅਸੀਂ ਉੱਥੇ ਆ ਕੇ ਬਾਹਰ ਖੜੇ ਤਾਂ ਉਥੇ ਸਾਡੇ ਪਿੰਡ ਦੇ ਕਮਾਰ ਆਸੋ ਸਾਡੀ ਤਾਈ ਲੱਗਦੀ ਸੀ ਮੇਰੀ ਤੇ ਉਹ ਸਲੇਮਾਨ ਉਹਦਾ ਪੁੱਤ ਸੀ ਤੇ ਉਹ ਗਧਿਆਂ ਤੇ ਸਮਾਨ ਉਹਨਾਂ ਦਾ ਲੱਦਿਆ ਹੋਇਆ ਉਹ ਕਹਿੰਦੇ ਸਾਨੂੰ ਕਹਿੰਦੇ ਮੇਰੇ ਕੋਲ ਦੀ ਹੱਦ ਚ ਬਾੜ ਦਿਓ ਗੁਲਜਾਰ ਸਿਉ ਨੇ ਮੇਰੇ ਰਿਸ਼ਤੇਦਾਰ ਉਹ ਕਹਿੰਦਾ ਵੀ ਉਥੇ ਤਾਂ ਕਹਿੰਦਾ ਹੁਣ ਇੰਨੀਆਂ ਲਾਈਨਾਂ ਲੱਗੀਆਂ ਪਈਆਂ ਨੇ ਸਾਨੂੰ ਆਪਦਾ ਵੀ ਫਤਰਾ ਸੀ ਨਹੀਂ ਛੱਡ ਸਕਦੇ ਜਦੋਂ ਇੰਨੀ ਗੱਲ ਕਹੀ ਫਿਰ ਉਹ ਕਹਿੰਦੇ ਸਾਨੂੰ ਪਿੰਡ ਹੀ ਲੈ ਚੱਲੋ ਅਸੀਂ ਕਿਹਾ ਵੀ ਪਿੰਡ ਨੂੰ ਤਾਂ ਸਾਨੂੰ ਜਾਣਾ ਹੀ ਹੈ ਚਲੋ ਭਾਈ ਫਿਰ ਤੁਹਾਨੂੰ ਮੈਂ ਕਿਹੜੀ ਗੱਲ ਦੱਸਦਾ ਸਿਰਿਸਾ ਮੇਰੇ ਉੱਪਰ ਦੀ ਪਾਈ ਸੀ ਤੇ ਦੂਸਰੇ ਪੱਖ ਤੇ ਜਦੋਂ ਅਸੀਂ ਮੁੜੇ ਤਾਂ ਉੱਥੇ ਪਹਿਲਾਂ ਰਉਦਾਸੀਆਂ ਦੇ ਘਰ ਬੱਕਰੇ ਨਰਿਆਸਤ ਨਾਬਾ ਚ ਹੁੰਦੇ ਉੱਥੇ ਜਦੋਂ ਗਾਹਾਂ ਗਏ ਮੈੰਗਲੀ ਸੀ ਮਾਨਕੀ ਦਾ ਉਹਨੇ ਦੇਖਿਆ ਵੀ ਇਹ ਹੈ ਕਿਹੜੇ ਹੁਣ ਡਰਦੇ ਮੁੜੇ ਨੇ ਇਹਨਾਂ ਦੇ ਗਧਿਆਂ ਤੇ ਸਮਾਨ ਹੈ ਕਿਹੜਾ ਕਿਰਪਾਨ ਵਾਲਾ ਸਿੱਖ ਹੈ ਇਹ ਬਨੋਟੀ ਸਿੱਖ ਹੈ ਵੀ ਪਹਿਲਾਂ ਤਾਂ ਇਹਨੂੰ ਮਾਰਦਾ ਮੈਂ ਫੇਰ ਦੂਜਿਆਂ ਨੂੰ ਮਾਰੂੰ ਫੇਰ ਲੁੱਟੂੰਗਾ ਉਹਦੇ 'ਚ ਜਦੋਂ ਆਵੇ ਉਹ ਮੈੰਗਲੀ ਮੈੰਗਲੀ ਕਰਕੇ ਮਾਨਕੀ ਦਾ ਸੀ ਤੇ ਜਿਸ ਵੇਲੇ ਉਹ ਦੱਬਣ ਲੱਗਿਆ ਘੋੜਾ ਉਹਦੇ ਦੱਸਣ ਦੀ ਗੱਲ ਹੈ ਇਹ ਉਹਦੀ ਮਨ ਚ ਆ ਗਿਆ ਕਿ ਤੇ ਸੇਖੀ ਨਾ ਹੋਵੇ ਫੇਰ ਉਹ ਉਹ ਸੁਨਾ ਵਿੱਚ ਦੀ ਅਸੀਂ ਰਾਸੇ ਵਿੱਚ ਤੁਸੀਂ ਦੇਖ ਲਓ 1 ਕਿਲੋਮੀਟਰ ਹੈ ਫਰਵਾਲੀ ਤੋਂ ਬਈ ਹਾਲਾ ਅਸੀਂ ਕਿਹਾ ਵੀ ਮੈਂ ਜਦੋਂ ਉਹਨੇ ਕਹੇ ਕੌਣ ਤੁਸੀਂ ਤੇ ਮੇਰੇ ਮੂੰਹੋਂ ਇੱਕ ਗੱਲ ਨਿਕਲ ਗਈ ਮਾ ਆਪਣੀ ਲਾਣਾ ਐ ਇੰਨੀ ਗੱਲ ਕਹੀ ਉਹ ਗਾਹਾਂ ਪਾਈ ਫੇਰ ਉਹ ਗਧਿਆਂ ਦੇ ਮਗਰ ਉਹ ਮੁਸਲਮਾਨ ਸੀ ਸੁਲੇਮਾਨ ਤੇ ਉਹ ਤਾਈ ਅਸੋ ਤੇ ਦੂਸਰੇ ਪੱਖ ਤੇ ਅਸੀਂ ਜਦੋਂ ਗਾਹਾਂ ਗਏ ਗਾਹਾਂ ਉਹ ਫਸਲਾਂ ਵਿੱਚ ਦੀ ਜਾਵੇ ਹੌਲੀ-ਹੌਲੀ ਤੇ ਦੂਸਰੇ ਪੱਖ ਤੇ ਅਸੀਂ ਜਾਂਦੇ ਹੈਗੇ ਇਸੇ ਰਸਤੇ ਵਿੱਚ ਦੀ ਗਾਹਾਂ ਜਦੋਂ ਗਏ ਭਾਈ ਮੂਲਾ ਹੁੰਦਾ ਹੈ ਗਰਾਊਂਡ ਆਉਂਦਾ ਹੈ ਉਦੋਂ ਗਾਹਾਂ ਨੰਗੇ ਤੇ ਉਹ ਕਹਿੰਦਾ ਉਹ ਕਾਹਨੋਂ ਤੁਸੀਂ ਫਿਰ ਗੜਕ ਕੇ ਬੋਲਿਆ ਤੇ ਫਿਰ ਉਹ ਮੇਰੇ ਮੂੰਹ ਹੋਈ ਹੋਈ ਨੇ ਵੀ ਆਪਣਾ ਲਾਣਾ ਤੇ ਜੋ ਇੰਨੀ ਗੱਲ ਕਹੀ ਅਸੀਂ ਵੀ ਡਰ ਗਏ ਵੀ ਕੀ ਇਹ ਕੀ ਗੱਲ ਹੈ ਵੀ ਦਦਵਾਰਾ ਭਾਈ ਫਿਰ ਉਹ ਖੁੰਝੇ ਤੇ ਸਰਬਣ ਸਿੰਘ ਦਾ ਘਰ ਸੀ ਉੱਥੇ ਜਦੋਂ ਅਸੀਂ ਆਏ ਤਾਂ ਉਹਨੇ ਕੀ ਕੀਤਾ ਹੁਣ ਪਿੰਡਾਂ ਦੇ ਇੱਕ ਦੂਜੇ ਨੂੰ ਨੇੜੇ ਜਾਣਦੇ ਹੁੰਦੇ ਨੇ ਮਾਨਕੀ ਦੇ ਸੰਦੌੜ ਦਾ ਫਰਵਾਲੀ ਦਾ ਬਾਲਾ ਫਰਕ ਨਹੀਂ ਉਹਨੇ ਝਾਟੋ ਸਰਵਨੇਸ ਨੂੰ ਕਹਿੰਦਾ ਵੀ ਉਰਿਆ ਕਹਿੰਦਾ ਮੈਨੂੰ ਇਹ ਦੱਸ ਉਹ ਕਹਿੰਦਾ ਗਧਿਆਂ ਦੇ ਮਗਰ ਕਿਹੜਾ ਕਿਰਪਾਨ ਪਾਈ ਹੈ ਕੌਣਾ ਇਹ ਉਹ ਕਹਿੰਦਾ ਇਹ ਸਰਦਾਰ ਇੰਦਰ ਸਿੰਘ ਦਾ ਲੜਕਾ ਹੈ ਓਹੋ ਉਹ ਕਹਿੰਦਾ ਮੈਂ ਦੋ ਤਿੰਨ ਵਾਰੀ ਘੋੜਾ ਦੱਬਣ ਲੱਗਿਆ ਵੀ ਪਹਿਲਾਂ ਇਹਨੂੰ ਮਾਰਾਂ ਫਿਰ ਦੂਜਾ ਨੂੰ ਮਾਰੂੰ ਤੇ ਮਾਰ ਕੇ ਫਿਰ ਲੁੱਟੂੰ ਕਹਿੰਦਾ ਸ਼ੁਕਰਿਆ ਵੀ ਬਚ ਗਿਆ ਇਹ ਦੇ ਦੂਸਰੇ ਪੱਖ ਤੇ ਇੰਨੀ ਗੱਲ ਕਹੀ ਜਦੋਂ ਤੇ ਕਹਿੰਦਾ ਮੈਂ ਤਾਂ ਕਿਹਾ ਵੀ ਬਨੌਟੀ ਸਿੱਖਾ ਹੈ ਫੇਰ ਮਨ ਚ ਆ ਜੇ ਵੀ ਕਿਤੇ ਸਿੱਖੀ ਨਾ ਹੋਵੇ ਇਸ ਤਰ੍ਹਾਂ ਉਹ ਫੈਸਲਾ ਚ ਆਇਆ ਇੱਕ ਮੀਲ ਅਸੀਂ ਰਸਤੇ ਚਾਏ ਖੁੰਜੇ ਤੇ ਆ ਕੇ ਉਹਨੇ ਸਰਬ ਮਿਸੋ ਨਾਲ ਗੱਲ ਕਰੀ ਕਿਦਾ ਘਰ ਖੁੰਜੇ ਤੇ ਸੀ ਅਸੀਂ ਬਾਹਰਲੇ ਘਰੇ ਆਇਆ ਤੇ ਉਹ ਭੱਜ ਹੀ ਗਿਆ ਅੰਦਰਲੇ ਘਰੇ ਸਾਡੇ ਉੱਥੇ ਮੇਰੇ ਬੇਬੇ ਜੀ ਤੇ ਬਾਪੂ ਜੀ ਨੂੰ ਕਹਿਣ ਲੱਗਿਆ ਕਹਿੰਦਾ ਸ਼ੁਕਰ ਹੈ ਕਹਿੰਦਾ ਤੁਹਾਡਾ ਮੁੰਡਾ ਅੱਜ ਬਚ ਗਿਆ ਘਮਾਰਾ ਨੂੰ ਬਚਾਉਂਦਾ ਬਚਾਉਂਦਾ ਵੀ ਨੇ ਆਪ ਹੀ ਮਾਰ ਦੇਣਾ ਅਸੀਂ ਵੀ ਐਂ ਗੱਲ ਹੋਈ ਐ ਉਹ ਬੇਬੇ ਜੀ ਤੇ ਬਾਪੂ ਜੀ ਭੱਜੇ ਹੀ ਆਏ ਕਹਿੰਦੇ ਲੋਕ ਤਾਂ ਲੁੱਟਦੇ ਨੇ ਮਾਰਦੇ ਨੇ ਇੱਕ ਆਪਣਾ ਬੀਬੇ ਮਰ ਗਿਆ ਗੇ ਵੀ ਇਹੋ ਜਿਹੇ ਖਬਰਦਾਰ ਹੁਣ ਤੈਨੂੰ ਅਸੀਂ ਘਰੋਂ ਨਹੀਂ ਨਿਕਲ ਦੇਣਾ ਇਹ ਸਾਰੀ ਸ਼੍ਰੀ ਸਾਹਿਬ ਦੀ ਬਖਸ਼ਿਸ਼ ਹੈ ਵੀ ਜੇ ਅੰਬਰ ਤੱਕ ਆ ਗਿਆ ਸੀ ਸ਼੍ਰੀ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਵੀ ਉਹ ਮੈਂਗਲੀ ਤੋਂ ਬਚਾ ਕਰਿਆ ਹੁਣ ਸਾਈ ਵੀ ਉਹ ਕੁਮਾਰਾਂ ਦਾ ਬਾਕੀ ਤਾਂ ਸਾਡੇ ਪਿੰਡ ਦੇ ਲੋਕ ਬੜੇ ਚੰਗੇ ਸੀ ਉਹਨਾਂ ਨੇ ਸਾਰੇ ਪਿੰਡ ਦੇ 10-15 ਮuslimana ਦੇ ਘਰ ਸੇ ਉਹਨਾਂ ਨੂੰ ਦਿਨੇ ਹੀ ਪਹਿਲਾਂ ਛੱਡਿਆ ਐ ਸੇ ਗੱਡੀਆਂ ਤੇ ਸਮਾਨ ਪਾ ਕੇ ਸਾਡੇ ਕੋਲੇ ਕਲਿਆਣ ਹੈ ਉੱਥੇ ਮੈਂ 9 ਸਾਲ ਪੜਾਇਆ ਹੈ ਉੱਥੇ 300 ਬੰਦਾ ਮਾਰਿਆ ਉਹਨਾਂ ਨੇ ਮੋਰਚੇ ਮਾਰ ਕੇ ਕਰੇ ਸੇ ਆ ਤੁਹਾਨੂੰ ਸ਼੍ਰੀ ਸਾਹਿਬ ਦੀ ਬਖਸ਼ਿਸ਼ ਕਰਨਾ ਵੀ ਨਹੀਂ ਤਾਂ ਉਹ ਕੁਮਾਰ ਹੁਣ ਉਹਨਾਂ ਕੋਲੇ ਜ਼ਮੀਨ 100-200 ਬਿੱਗ ਗਿਆ ਬੜੇ ਮਿਹਨਤੀ ਨੇ ਉਹ ਕੱਲਾ ਕਰ বাস ਰਿਹਾ ਹੈ ਇਸ ਬਲੇ ਤੇ ਇਧਰ ਗੁਰੂ ਦੀ ਕਿਰਪਾ ਦੇ ਨਾਲ ਸਿੱਖੇ ਪਾਸ਼ਾ ਨੇ ਤੁਸੀਂ ਦੇਖ ਲਓ 4-50 ਨੇ ਫਿਰ ਅਗਾਹ ਪੁੱਤੇ-ਪੋਤਰੀਆਂ ਤੇ ਬਾਕੀ ਦੇ ਦੋ ਲੜਕੀਆਂ ਤਿੰਨ ਲੜਕੀਆਂ ਨੇ ਘੜਿਆ ਉਹਨਾਂ ਕੋਲੇ ਅਭੀ ਪਰਦੋਤੇ ਨੇ ਮਾਤਲਵਾ ਪੰਜ ਪਰਦੋਤੇ ਨਹੀਂ ਹੈ ਇਸੇ ਬੜੀ ਇਹ ਸਾਰੀ ਬਖਸ਼ਿਸ਼ ਸ੍ਰੀ ਸਾਹਿਬ ਦੀ ਹੈ ਜੇ ਸ੍ਰੀ ਸਾਹਿਬ ਆਈ ਸੀ ਨਹੀਂ ਤਾਂ ਉਹਨਾਂ ਨੇ ਏਸੀ ਵੀ ਘਮਾਰਨੇ ਹੀ ਮਾਰਦੇ ਆ ਉਹ ਉਹ ਉਹਦੇ ਮਨ ਚ ਆਵੇ ਕਿਤੇ ਵੀ ਇਹ ਸ੍ਰੀ ਸਾਹਿਬ ਵਾਲਾ ਸੇਖੀ ਨਾ ਹੋਵੇ ਕਹਿੰਦਾ ਜਦੋਂ ਮੈਂ ਘੋੜਾ ਦੱਬਣ ਲੱਗਾ ਕਿਉਂ ਉਹਦੀ ਮਨ ਚ ਆਵੇ ਸਿੱਖ ਨਾ ਹੋਵੇ ਪਹਿਲਾਂ ਫਿਰ ਇਹ ਮਨ ਚ ਆਵੇ ਵੇ ਇਹ ਬਨੋਟੀ ਸਿੱਖ ਹੈ ਕਿਹੜਾ ਗਧਿਆਂ ਦੇ ਮਗਰ ਲੱਗਿਆ ਕਿਉਂ কুমਾਰ ਲੋਕ ਨੇ ਕਿਹੜੇ ਭਾਈ ਉਹ ਗਧਿਆਂ ਦੇ ਮਗਰ ਗਧੇ ਉਹਨੂੰ ਰੱਖਦੇ ਹੁੰਦੇ ਇਸ ਤਰ੍ਹਾਂ ਦਾ ਹੈਗਾ ਤੁਹਾਨੂੰ ਮੈਂ ਸ੍ਰੀ ਸਾਹਿਬ ਦੀ ਬਖਸ਼ ਜਿਹੜੀ ਮੇਰੇ ਨਾਲ ਬੀਤੀ ਆ ਉਹ ਸੁਣਾਈ ਹੈ ਹਾਂ ਇੱਕ ਗੱਲ ਹੋਰ ਸੁਣ ਲਓ ਉਹ ਇਹ ਹੈ ਦਸੌਂ ਦਾ ਸੌਂਦਾ ਮੈਂ ਛਾਪੇ ਜਦੋਂ ਪੜਾਉਂਦਾ ਸੀ ਸੈਂਟਨ ਚਾਰਕ ਸੀ ਉੱਥੇ ਦਸੌਂ ਦਾ ਸੌਂਦਾ ਅ ਦਸੰਤਾਲਸੋਂ ਵਾਲੇ ਹਰਦੇਵ ਸਿੰਘ ਤਨੌਲੇ ਦਾ ਟੀਚਰ ਸੀ ਤੇ ਉਹਨੇ ਕੀ ਕੀਤਾ ਅਸੀਂ ਭਾਈ ਪੰਜ ਗਰਾਈਆਂ ਚੌਥੀ ਦਾ ਸੈਂਟਰ ਦਾ ਇਮਤਿਹਾਨ ਸੀ ਉੱਥੇ ਗਏ ਉੱਥੇ ਗਏ ਇਮਤਿਹਾਨ ਦੇ ਆਉਣ ਜਦੋਂ ਉੱਥੇ ਗਏ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਿਨਾਂ ਵਿੱਚ ਭਾਈ ਜਾਂ ਤਾਂ ਖੂਹੀਆਂ ਹੁੰਦੀਆਂ ਜਾਂ ਨਲਕੇ ਹੁੰਦੇ ਤੇ ਹੁਣ ਤਾਂ